ਸੰਨ 1984 ਚਾਰ ਦਹਾਕਿਆਂ ਦਾ ਉਹ ਦਰਦ ਜਿਹੜਾ ਪੰਜਾਬੀ ਕੌਮ ਦੇ ਮਨਾਂ ਵਿੱਚ ਅੱਜ ਵੀ ਉਸੇ ਤਰ੍ਹਾਂ ਹੈ। ਉਹ ਜ਼ਖਮ ਬੜੇ ਅੱਲੇ ਨੇ ਜਿਨ੍ਹਾਂ ਨੂੰ ਕੋਈ ਮਲਮ ਲਾਉਣ ਵਾਲਾ ਨਹੀਂ ਮਿਲਿਆ। ਦਿੱਲੀ ਵਿੱਚ ਰਹਿੰਦਿਆਂ ਕੁਝ ਪੰਜਾਬੀ ਸਿੱਖ ਪਰਿਵਾਰ ਜਿਹੜੇ ਉਸ ਸਮੇਂ ਦੀ ਦਹਿਸ਼ਤਗਰਦੀ ਦਾ ਸ਼ਿਕਾਰ ਹੋਏ, ਅੱਜ ਵੀ 40 ਸਾਲ ਬਾਅਦ ਆਪਣੇ ਦਰਦ ਉਸੇ ਤਰ੍ਹਾਂ ਲਈ ਬੈਠੇ ਨੇ। ਉਹ ਅੱਜ 40 ਸਾਲ ਬਾਅਦ ਵੀ ਉਹਨਾਂ ਹਾਲਾਤਾਂ ਦੇ ਨਾਲ ਜੂਝ ਰਹੇ ਨੇ, ਕਿਉਂਕਿ ਦਿੱਲੀ ਦੇ ਕਤਲੇਆਮ ਤੋਂ ਬਾਅਦ ਉਹਨਾਂ ਨੇ ਮੁੜ ਵਸੇਬੇ ਲਈ ਪੰਜਾਬ ਵਿੱਚ ਵਾਪਸੀ ਕੀਤੀ। ਆਪਣਿਆਂ ਵਿੱਚ ਆ ਕੇ ਇਹ ਸੋਚਿਆ ਕਿ ਉਹਨਾਂ ਦਾ ਕੋਈ ਦੁੱਖ ਸੁਣੇਗਾ ਅਤੇ ਉਹਨਾਂ ਦਾ ਕੋਈ ਸਾਥ ਦੇਵੇਗਾ, ਪਰ ਅਜਿਹਾ ਕੁਝ ਵੀ ਨਹੀਂ ਹੋਇਆ। ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਵੀਰ। ਅੱਜ ਮੈਂ ਤੁਹਾਡੇ ਸਨਮੁੱਖ ਸੰਨ 1984 ਦੀ ਦਹਿਸ਼ਤਗਰਦੀ ਦਾ ਸ਼ਿਕਾਰ ਹੋਏ ਇੱਕ ਅਜਿਹੇ ਪਰਿਵਾਰ ਦੀ ਦਾਸਤਾਨ ਤੁਹਾਡੇ ਸਨਮੁੱਖ ਕਰਾਂਗੀ। ਇਹ ਕਹਾਣੀ ਭੁਪਿੰਦਰ ਸਿੰਘ ਅਤੇ ਉਸ ਦੇ ਪਰਿਵਾਰ ਦੀ ਹੈ। ਭੁਪਿੰਦਰ ਸਿੰਘ ਸੰਨ 1984 ਦੇ ਵਿੱਚ ਮੋਟਰਾਂ ਦੀ ਇੱਕ ਫੈਕਟਰੀ ਦੇ ਵਿੱਚ ਦਿੱਲੀ ਵਿਖੇ ਕੰਮ ਕਰ ਰਹੇ ਸਨ। ਚੰਗਾ ਸੋਹਣਾ ਪਰਿਵਾਰ ਸੀ, ਰੁਜ਼ਗਾਰ ਸੋਹਣਾ ਚੱਲਦਾ ਸੀ, ਪਰ ਜਦੋਂ ਦਿੱਲੀ ਦੇ ਵਿੱਚ ਕਤਲੇਆਮ ਸ਼ੁਰੂ ਹੁੰਦਾ ਹੈ ਤਾਂ ਉਸ ਸਮੇਂ ਹਾਲਾਤ ਬੜੇ ਬਦਤਰ ਹੋ ਜਾਂਦੇ ਨੇ। ਚੌਵੀ ਘੰਟੇ ਦਿੱਤਾ ਸੀ ਮਰਨ ਵਾਸਤੇ ਸਿੱਖਾਂ ਨੂੰ। ਉਸ ਤੋਂ ਬਾਅਦ ਅਸੀਂ ਫੈਕਟਰੀ 'ਚ ਕੰਮ ਕਰਦੇ ਸੀ, ਸਾਡੇ ਮਾਲਕ ਕਹਿੰਦਾ ਤੁਸੀਂ ਮਰ ਜਾਣਾ, ਅਸੀਂ ਗਏ ਨਹੀਂ। ਸਾਡੇ ਫੈਕਟਰੀ 'ਚ ਦੋ ਬੰਦੇ ਮਾਰੇ ਹਾਲਾਤ, ਬਾਲ ਬੁਲ ਕੱਟ ਦਿੱਤੇ ਸਾਰਿਆਂ ਸਰਦਾਰਾਂ ਦੇ ਵੀ, ਘੜੇਸਿਆ ਜਨਾਨੀਆਂ ਨੂੰ, ਬਹੁਤ ਨੁਕਸਾਨ ਹੋਇਆ ਸੀ ਲੋਕਾਂ ਦਾ। ਜਿੱਥੇ ਅਸੀਂ ਮਾਲਕ ਦੇ ਗਾਣੇ ਜਿਹੜੇ ਉਹਦੇ ਕੇਸ ਕੱਢ ਦਿੱਤੇ ਸੀ, ਸਾਨੂੰ ਤਾਂ ਲੁਕੋ ਦਿੱਤਾ ਸੀ ਬੰਦਿਆਂ ਨੇ, ਅਸੀਂ ਬੱਤਾਂ ਵੱਟ ਗਏ ਉੱਥੋਂ। ਸਾਦਰੇ ਹੋਏ, ਦਾੜੀ ਦੂੜੀ ਕੱਟ ਦਿੱਤੀ ਲੋਕਾਂ ਨੂੰ, ਜਨਾਨੀਆਂ ਨੂੰ ਖਿੱਚਿਆ, ਗੁੱਤਾ ਗਾਤਾ ਕੱਟ ਦਿੱਤੀ, ਬਹੁਤ ਨੁਕਸਾਨ ਉੱਧਰ। ਭੁਪਿੰਦਰ ਸਿੰਘ ਦੱਸਦੇ ਨੇ ਕਿ ਉਹਨਾਂ ਦੇ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਹਜੂਮ ਦੀ ਦਹਿਸ਼ਤਗਰਦੀ ਦਾ ਸ਼ਿਕਾਰ ਹੋਣਾ ਪਿਆ। ਉਹਨਾਂ ਦੇ ਸਾਹਮਣੇ
ਧੀਆਂ ਭੈਣਾਂ ਨੂੰ ਜਲੀਲ ਕੀਤਾ ਗਿਆ। ਜਿਉਂਦੇ ਜੀਆਂ ਨੂੰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਗਈ। ਉਹ ਦੱਸਦੇ ਨੇ ਕਿ ਉਸ ਸਮੇਂ ਦਿੱਲੀ ਦੇ ਵਿੱਚ ਕਤਲੇਆਮ ਹੋ ਰਿਹਾ ਸੀ ਅਤੇ ਉਹਨਾਂ ਨੇ ਆਪਣੀ ਜਾਨ ਬਚਾਉਣ ਲਈ ਇੱਕ ਛੋਟੇ ਜਿਹੇ ਖੁੱਡੇ ਵਿੱਚ ਪਰਿਵਾਰ ਸਮੇਤ ਪਨਾਹ ਲਈ ਸੀ। ਹਾਲਾਤ ਦਿਨ ਬ ਦਿਨ ਬਦਤਰ ਹੁੰਦੇ ਜਾ ਰਹੇ ਸਨ। ਅੱਜ ਭੁਪਿੰਦਰ ਸਿੰਘ ਆਪਣੇ ਪਰਿਵਾਰ ਦੇ ਨਾਲ ਮੋਹਾਲੀ ਦੇ ਵਿੱਚ ਰਹਿ ਰਹੇ ਨੇ ਅਤੇ ਜਦੋਂ ਉਹ ਆਪਣੀ ਦਰਦ ਕਹਾਣੀ ਨੂੰ ਬਿਆਨ ਕਰਦੇ ਨੇ ਤਾਂ ਮਨ ਭਾਵੁਕ ਹੋ ਜਾਂਦਾ। ਅਸੀਂ ਤਾਂ ਲੁਕ ਗਏ ਸੀ ਨਾ, ਅੰਦਰ ਲੁਕ ਗਏ। ਕਿੱਥੇ ਲੁਕੇ ਤੁਸੀਂ? ਉੱਪਰ ਛੱਤ ਦੇ ਉੱਤੇ। ਕਿਹਦੇ ਕੋਲੇ? ਜਿੱਥੇ ਮਾਲਕ ਦੇ ਕੋਲੇ। ਮਾਲਕ ਤੁਹਾਡੇ ਮਕਾਨ ਮਾਲਕ? ਹਾਂਜੀ ਹਾਂਜੀ। ਤੇ ਤੁਹਾਡੇ ਬੱਚੇ ਕਿੱਥੇ ਸੀਗੇ? ਬੱਚੇ ਵੀ ਉੱਥੇ। ਬੱਚੇ ਵੀ ਮਕਾਨ ਮਾਲਕ? ਹਾਂਜੀ। ਕਿੱਥੇ ਲੁਕਾਇਆ ਉਹਨਾਂ ਨੇ ਤੁਹਾਨੂੰ? ਛੱਤ ਦੇ ਉੱਤੇ। ਛੱਤ ਦੇ ਉੱਤੇ ਮਤਲਬ ਗੈਲਰੀ ਹੁੰਦੀ ਨਾ ਪਿੱਛੇ, ਉਹਦੇ ਉੱਤੇ ਲੁਕਾਇਆ। ਜਿਹੜੇ ਛੱਤ ਦੇ ਉੱਤੇ ਜਿਹੜੇ ਕਮਰਾ ਬਣਿਆ ਹੁੰਦਾ ਨਾ? ਹਾਂਜੀ। ਉਹਦੇ ਉੱਤੇ ਦਬਕੇ ਜਿਹਨੂੰ? ਹਾਂਜੀ ਹਾਂਜੀ ਹਾਂਜੀ, ਡੱਬੇ। ਹਾਂ, ਉਹਦੇ ਵਿੱਚ। ਹਾਂਜੀ। ਤੁਸੀਂ, ਤੁਹਾਡੇ ਬੱਚੇ ਦੋਵੇਂ ਸ਼ੇਰ ਸਿੰਘ ਤੇ ਤੁਹਾਡੀ ਬੇਟੀ ਤੇ ਤੁਹਾਡੀ ਪਤਨੀ? ਹਾਂਜੀ। ਕਿੰਨੇ ਦਿਨ ਉੱਥੇ ਲੁਕੇ ਰਹੇ ਤੁਸੀਂ? ਬਸ ਦੋ ਦਿਨ ਹੀ ਰੁਕੇ, ਬਸ ਬਾਕੀ ਤੀਸਰੇ ਦਿਨ ਤਿਆਰ ਹੋਏ। ਦੋ ਦਿਨ ਗੁਜ਼ਾਰਾ ਚੱਲੀ ਜਾਂਦਾ, ਮਾੜਾ ਮੋਟਾ ਗੋਦਰੇਜ ਫਟਕ ਹੀ ਲੱਗੇ ਨੇ, ਇੱਕ ਬੱਸ ਚਲਾਉਂਦਾ। ਅੱਛਾ। ਹਾਂਜੀ। ਪ੍ਰਾਈਵੇਟ ਡਰਾਈਵਰੀ? ਹਾਂਜੀ। ਤੇ ਤੁਸੀਂ ਕੰਮ ਕਰ ਰਹੇ ਹੋ ਕੋਈ? ਹਾਂ, ਮੈਂ ਰੇਹੜੀ ਚਲਾਉਂਦਾ। ਭੁਪਿੰਦਰ ਸਿੰਘ ਦਾ ਪਰਿਵਾਰ ਹੱਸਦਾ ਵੱਸਦਾ ਅਤੇ ਚੰਗਾ ਗੁਜ਼ਾਰਾ ਕਰਦਾ ਹੋਇਆ ਜਦੋਂ ਕਤਲੇਆਮ ਦਾ ਸ਼ਿਕਾਰ ਹੁੰਦਾ ਹੈ ਤਾਂ ਵਾਪਸ ਮੁੜ ਵਸੇਬੇ ਲਈ ਮੋਹਾਲੀ ਵਿੱਚ ਆ ਕੇ ਠਹਿਰਦਾ ਹੈ। ਉੱਥੇ ਉਹਨਾਂ ਦੀ ਕਿਸੇ ਨੇ ਸਾਰ ਨਹੀਂ ਲਈ। ਸਰਕਾਰ ਨੇ ਇੱਕ ਵਾਰ ਮਕਾਨ ਅਲਾਟ ਕਰ ਦਿੱਤੇ ਪਰ ਉਸ ਤੋਂ ਬਾਅਦ ਕੋਈ ਰੁਜ਼ਗਾਰ ਦਾ ਸਾਧਨ ਨਹੀਂ ਬਣ ਸਕਿਆ ਕਿ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਸ ਤਰ੍ਹਾਂ ਚਲਾਉਣ। ਹਾਲਾਤ ਬੜੇ ਬਦਤਰ ਨੇ। ਭੁਪਿੰਦਰ ਸਿੰਘ ਅੱਜ ਵੀ ਇਸ ਆਸ ਦੇ ਵਿੱਚ ਜ਼ਿੰਦਗੀ ਜਿਉਂ ਰਹੇ ਨੇ ਕਿ ਸਰਕਾਰ ਜਾਂ ਕੋਈ ਸਮਾਜ ਸੇਵੀ ਸੰਸਥਾ ਉਹਨਾਂ ਦੀ ਮਦਦ ਕਰੇਗੀ। ਭੁਪਿੰਦਰ ਸਿੰਘ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਬੇਟੀ ਸੁਖਵਿੰਦਰ ਕੌਰ ਅਤੇ ਪਤਨੀ ਗੁਰਵਚਨ ਕੌਰ ਆਪਣੀ ਦਰਦ ਕਹਾਣੀ ਬਿਆਨ ਕਰਦੇ ਨੇ ਤਾਂ ਮਨ ਭਾਵੁਕ ਹੋ ਜਾਂਦਾ ਹੈ। ਇੱਥੇ ਨੂੰ ਵੀ ਰਾਤ ਮਾੜੇ ਸੀ ਜਦੋਂ ਆਪਾਂ ਕਮਾਉਂਦਾ ਸੀ ਆਉਂਦੇ ਰੇਹੜੀ ਲਈ, ਇੰਨੇ ਛੋਟੀ ਮੋਟੀ ਰੇਹੜੀ ਲੈ ਰਹੇ, ਆਪਣਾ ਸਬਜ਼ੀ ਦਾ ਕੰਮ ਕਰਨ ਲੱਗ ਪਏ ਮਾੜਾ ਮੋਟਾ। ਛੋਟੇ ਛੋਟੇ ਬੱਚੇ ਸੀ, ਫਿਰ ਉੱਧਰੋਂ ਇਹਦੀ ਜਨਾਨੀ ਮਰ ਗਈ ਪੂਰੀ ਹੋ ਗਈ, ਇਹ ਫਿਰ ਨਾਨਕੇ ਸਾਡੇ ਨਿਆਣੇ ਸਾਰੇ, ਹੈਂ, ਫਿਰ ਇਕੱਲਾ ਅੰਕਲ ਤਰ੍ਹਾਂ ਕਮਾਉਂਦਾ ਰਿਹਾ। ਬੁਰਾ ਹਾਲ ਸੀ, ਕੱਢ ਜਾਂਦੇ ਸੀ ਇਹਨਾਂ ਨੂੰ ਬਾਹਰ, ਕੱਢ ਜਾਂਦੇ ਸੀ ਵਿਚਾਰਿਆਂ ਨੂੰ।
ਯਾਰਾ ਵੇਖ ਲਓ ਜਿਵੇਂ ਚੱਲਦਾ ਪਿਆ, ਕਿਹੜੀ ਤੇਰਾ ਇਕੱਲਾ ਕਮਾਉਣ ਵਾਲਾ ਹੈ ਅਤੇ ਬਾਕੀ ਮੁੰਡੇ ਵਿਚਾਰੇ ਪ੍ਰਾਈਵੇਟ ਨੌਕਰੀਆਂ ਕਰਦੇ ਨੇ, ਬੱਚੇ ਤੁਹਾਡੇ ਵੇਖ ਲਓ ਬੱਚੇ ਪੜ੍ਹਦੇ ਨੇ, ਇਹਨਾਂ ਦੇ ਨਹੀਂ ਖਰਚੇ ਪੂਰੇ ਹੁੰਦੇ। ਇਹ 4,000 ਰੁਪਏ 4,500 ਤੇ ਵੱਡੀ ਦੀ ਫੀਸ ਜਾਂਦੀ ਹੈ ਮਹੀਨੇ ਦੀ, ਫਿਰ ਛੋਟਿਆਂ ਦੀਆਂ ਫੀਸਾਂ ਹਾਂ 1,500 ਰੁਪਈਆ ਤਾਂ ਆਟੋ ਵਾਲੇ ਲੈ ਲੈਂਦਾ ਨਿਆਣਿਆਂ ਦੀ। ਹਾਂ ਅੰਕਲ ਮਾੜਾ ਮੋਟਾ ਤੁਹਾਡੇ ਸਾਹਮਣੇ ਕਰੀ ਜਾਂਦਾ, ਰੇਹੜੀ ਦਾ ਰੇਹੜੀ ਜਾਂਦਾ, ਜਿੰਨੇ ਕੁ ਯੋਗਿਆ ਹੈ ਚਾਹ ਪਾਣੀ ਦਾ ਖਰਚਾ ਦੁੱਧ ਦੁੱਧ ਦਾ ਕੱਢ ਲੈਂਦਾ ਜਾਂਦਾ। ਨਹੀਂ ਨਹੀਂ ਉਮਰ ਤਾਂ ਹੈ ਨਹੀਂ ਉਹਦੀ, ਉਹਦਾ ਨਾ ਮੈਂ ਘਰ ਬਹਿ ਜਾਣਾ ਫਿਰ ਮੇਰੇ ਗੋਡੇ ਜੁੜ ਜਾਂਦੇ, ਮੇਰੇ ਮਾੜਾ ਮੋਟਾ ਕਰੀ ਜਾਂਦਾ, ਕਰਦਾ ਹਾਂ ਦਿੰਦੇ ਨਹੀਂ ਆਉਂਦਾ, ਨਹੀਂ ਮੈਂ ਨਹੀਂ ਘਰ ਬਹਿੰਦਾ। 40 ਸਾਲ ਬਾਅਦ ਵੀ ਅਨੇਕਾਂ ਪਰਿਵਾਰ ਅਜਿਹੇ ਪਰਿਵਾਰ ਨੇ ਜਿਹੜੇ ਆਪਣੀ ਜ਼ਿੰਦਗੀ ਦੇ ਨਾਲ ਉਸੇ ਤਰ੍ਹਾਂ ਜੱਦੋ ਜਹਿਦ ਕਰ ਰਹੇ ਨੇ, ਪਰ ਉਹਨਾਂ ਦੀ ਕੋਈ ਸਾਰ ਲੈਣ ਵਾਲਾ ਨਹੀਂ ਹੈ। ਜਸ ਫਾਊਂਡੇਸ਼ਨ ਨੇ ਇੱਕ ਉਪਰਾਲਾ ਕੀਤਾ ਹੈ ਕਿ ਇਹਨਾਂ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਆਓ ਅਸੀਂ ਸਾਰੇ ਰਲ ਮਿਲ ਕੇ ਜਸ ਫਾਊਂਡੇਸ਼ਨ ਦਾ ਸਾਥ ਦੇ ਕੇ ਇਹਨਾਂ ਪੀੜਿਤ ਪਰਿਵਾਰਾਂ ਦੀ ਮਦਦ ਕਰੀਏ ਤਾਂ ਕਿ ਇਹ ਆਪਣਾ ਮੁੜ ਵਸੇਬਾ ਕਰ ਸਕਣ ਅਤੇ ਆਪਣੇ ਪਰਿਵਾਰ ਦਾ ਪੇਟ ਪਾਲ ਸਕਣ।